ਅਸਲਾਮ ਅਲੈਕੁਮ ਵੀਵਰਸ। ਇਹ ਵੀਵਰਸ ਅੱਜ ਮਕਈ ਨੂੰ ਸਪਰੇਅ ਕਰਨ ਲੱਗੇ ਹਾਂ। ਮਕਈ ਨੂੰ ਜਿਹੜਾ ਨਾ ਲਸ਼ਕਰੀ ਸੁੰਡੀ ਲੱਗੀ ਖੜੀ ਹੈ, ਉਹਦੇ ਵਾਸਤੇ ਹੈ ਐਮਾਮੈਕਟਨ ਅਤੇ ਦੂਸਰੀ ਹੈ ਜਨਾਬ ਲਿਓਫਿਰਾਨ। ਇਹ ਜਿਹੜਾ ਨਾ ਸਪਰੇਅ ਕਰਨ ਲੱਗੇ ਹੈ, ਇਹ ਇਹਦਾ ਬਿਹਤਰੀਨ ਕੰਟਰੋਲ ਹੈ ਇਸਦਾ। ਇਹਦੇ ਨਾਲ ਲਸ਼ਕਰੀ ਖਤਮ ਹੋ ਜਾਏਗੀ, ਲਸ਼ਕਰੀ ਸੁੰਡੀ। ਇਹ ਆਪਣੀ ਮਕਈ ਦੀ ਫਸਲ ਹੈ, ਇਹ ਚਾਰੇ ਵਾਸਤੇ ਜਾਨਵਰਾਂ ਦੇ ਚਾਰੇ ਵਾਸਤੇ ਜਿਹੜਾ ਨਾ ਬਿਜਾਈ ਕੀਤੀ ਹੋਈ ਹੈ। ਦੂਸਰੀ ਪਕਾਊ ਨਹੀਂ ਨਾ ਸਹਿਲ ਜਾਲੀ ਹੈ। ਦੂਸਰੀ ਸਾਈਡ 'ਤੇ ਪਲਾਟ ਹੈ ਨਾ ਸਹਿਲ ਜਾਲ ਹੈ, ਇਨਸ਼ਾ ਅੱਲਾ ਉਹ ਵੀ ਜਲਦੀ ਤੁਹਾਡੇ ਨਾਲ ਜਿਹੜਾ ਨਾ ਉਸ ਮਕਈ ਦੀ ਸ਼ੇਅਰ ਕਰਾਂਗੇ ਤੁਹਾਡੇ ਨਾਲ। ਇਹ ਵੀਵਰ ਇਹ ਲਸ਼ਕਰੀ ਸੁੰਡੀ ਦੇ ਕੰਮ ਨੇ, ਇਹ ਸਾਰੇ ਪੱਤੇ ਖਾ ਰੱਖੇ ਨੇ ਇਹਨੇ ਜਿਹੜਾ ਨੇ ਗੱਚ 'ਚ ਕਹਿੰਦੇ ਇਸ ਦੇਖੋ ਸਾਰੇ। ਇਹ ਲਸ਼ਕਰੀ ਸੁੰਡੀ ਦੀ ਕਮਾਲ ਹੈ, ਸਾਰੀ ਮਕਈ ਦੀ ਫਸਲ ਜਿਹੜਾ ਨਾ ਡੈਮੇਜ ਕਰ ਰੱਖੀ ਹੈ। ਇਹ ਮਕਈ ਚਾਰੇ ਵਾਸਤੇ ਇਸਤੇਮਾਲ ਹੋਵੇਗੀ ਜਾਨਵਰਾਂ ਦੇ, ਇਹ ਪਕਾਊ ਮਕਈ ਨਹੀਂ ਹੈ ਨਾ ਸਹਿਲ ਜਾਲੀ ਹੈ। ਇਹ ਆਮ ਜਿਹਾ ਬੀਜ ਸਹਿਲ ਜਾਲੀ, ਦੂਸਰੀ ਸਾਈਡ 'ਤੇ ਪਲਾਟ ਬੀਜੇ ਹੋਏ ਨੇ, ਉਹਦਾ ਵਿਜ਼ਿਟ ਤੁਹਾਨੂੰ ਇਨਸ਼ਾ ਅੱਲਾ ਕੱਲ੍ਹ ਕਰਾਵਾਂਗੇ, ਉਹਦੀ ਵੀਡੀਓ ਕੱਲ੍ਹ ਅਪਲੋਡ ਕਰਾਂਗੇ।